ਇਹਨਾਂ ਨੂੰ ਸਮਝ ਆਈ ਹੈ ਉਹਨਾਂ ਹੈ ਕਰ ਛੋੜੀਏ ਉਹ ਸਮਝ ਗਏ ਉਸ ਨੂੰ ਭੈਣਾ ਵਤਨ ਤੋਂ ਤੁਰੀਆਂ ਇੱਕ ਤੇ 18 ਪਿਆਰਾ ਹੈ ਇੱਕ ਤੇ 19 ਪਿਆਰਾ ਹੈ ਚਲੋ ਮੈਂ ਹਾਲੇ ਵੀ ਨਹੀਂ ਸਮਝਾ ਸਕਦਾ ਮੈਂ ਲਫ਼ਜ਼ ਹੋਰ ਬਦਲਾਵਾਂ ਨੂੰ ਭੈਣਾ ਵਤਨ ਤੋਂ ਤੁਰੀਆਂ ਵਸਤੀਆਂ ਸੋਹਣੀਆਂ ਹੈ ਇੱਕ ਤੇ 18 ਇੱਕ ਤੇ 19 ਜਿਹੜੀ 18 ਬਿਰਾਵਾਂ ਵਾਲੀ ਹੈ ਉਹ 40 ਸ਼ਹਿਰ ਭਰੀ ਹੈ ਯਾ ਸੈਯਦਾ ਯਾ ਮੇਰੀ ਮਖਦੂਮਾ ਆਓ ਮੇਰੀ ਸ਼ਾਮ ਦੀ ਮੁਸਾਫਰ ਸੈਰ ਜਿਹੜੀ ਭੈਣ ਦੇ 18 ਬਿਰਾ ਹੈ ਉਹ ਮੁਸਲਮਾਨਾਂ 40 ਸ਼ਹਿਰ ਭਰੇ ਤੇ ਜਿਹਦੇ ਕੁੰਡੀਆਂ ਜੰਗਲਾਂ ਚ ਰੋਲ ਕੇ ਮਰ ਗਈ ਯਾ ਮੇਰੀ ਮਖਦੂਮਾ ਯਾ ਫਾਤਿਮਾ ਅਜੀਬ ਮੁਕੱਦਰ ਆਲ ਮੁਹੰਮਦ ਦੇ ਘਰਾਨੇ ਦਾ ਚਲੋ ਲਫ਼ਜ਼ ਚ ਲਫ਼ਜ਼ ਆ ਗਏ ਇਹਦਾ ਨਾਮ ਵੀ ਫਾਤਿਮਾ ਹੈ ਇੱਕ ਮੁਹੰਮਦ ਦੀ ਬੇਟੀ ਫਾਤਿਮਾ ਹੈ ਚਲੋ ਦੁੱਧ ਚ ਦੁੱਧ ਪਾੜ ਦਿੰਦੇ ਆ ਮੋਮਿਨ ਅਜ਼ਾਦਾਰ ਰੋ ਪਸ ਦੁਆ ਕਰ ਲੈ ਸੇ ਪਰ ਇਸ ਤੋਂ ਵੱਡਾ ਨਸੀਬ ਹੈ ਫਾਤਿਮਾ ਜ਼ਹਰਾ ਦਾ ਇੱਕ ਆਲਮ ਪੜਦਾ ਪਿਆ ਮੈਨੂੰ ਲਫ਼ਜ਼ ਯਾਦ ਆ ਗਏ ਚਲੋ ਮੈਂ ਲਫ਼ਜ਼ ਹੀ ਤੁਹਾਡੇ ਬੇਸ਼ ਗੁਜ਼ਾਰ ਕਰਾਂ ਉਹ ਇੱਥੇ ਅਜੀਬ ਮੁਕੱਦਰ ਹੈ ਜ਼ੈਨਬ ਦਾ ਅਜੀਬ ਮੁਕੱਦਰ ਹੈ ਫਾਤਿਮਾ ਜ਼ਹਰਾ ਦਾ ਉਹ ਅੱਗੇ ਮਾਂ ਤੇ ਧੀ ਦਾ ਨਸੀਬ ਹੈ ਜਿਹਦਾ ਇੱਕ ਫਿਰਾ ਕੋਈ ਨਹੀਂ ਉਹ ਤਾਰੇ ਚ ਮਾਰੇ ਨੇ ਜਿਹਦੇ 18 ਹੈ ਉਹ ਬਾਜ਼ਾਰਾਂ ਹੀ ਸਦਾ ਸਦਾ ਕੇ ਮਾਰਾਂ ਨੇ ਬਾਬਾ ਰੋਂਦੇ ਬੈਠੇ ਹੋ ਮੌਲਾ ਹਯਾਤੀ ਵਾਲਾ ਪੁੱਤਰ ਤਾ ਕਰੇ ਪਾਸ ਸੈਯਦਾ ਦਾ ਸਦਕਾ ਭਾਈ ਅਦਨਾਨ ਮੇਰੇ ਜ਼ਿੰਮੇ ਦੁਆ ਹੈ ਕਿ ਮਾਲਕ ਉਸ ਭਾਈ ਅਦਨਾਨ ਨੂੰ ਜਿਹੜੇ ਜ਼ਿੰਮੇ ਦੁਆ ਲੱਗੀ ਹੈ ਮਾਲਕ ਉਹਦੇ ਤੋਫੀਕਾ ਵਿੱਚ ਇਜ਼ਾਫਾ ਫਰਮਾਵੇ ਮਾਲਕ ਅਦਨਾਨ ਭਾਈ ਨੂੰ ਜ਼ਿਆਦਾ ਤਰੱਕੀਆਂ ਦੇਵੇ ਜਿਹਨਾਂ ਸਾਡੀ ਇਮਦਾਦਾਂ ਕਰਦੇ ਹਨ ਮਾਲਕ ਉਹਨਾਂ ਅਜ਼ਾਦਾਰਾਂ ਦਾ ਸਦਕਾ ਇਹਨਾਂ ਰੋਂਦੀਆਂ ਅੱਖਾਂ ਦਾ ਸਦਕਾ ਉਹਨਾਂ ਦੇ ਵਸਦੇ ਵਿਹੜੇ ਵਸਦੇ ਰਾਵੇ ਵਤਨ ਤੋਂ ਤੁਰੀਏ ਰਜ਼ਾ ਤੋਂ ਮਿਲਣ ਦੀ ਖਾਤਰ ਤਾਰੀਖ ਬਹੁਤ ਲੰਬੀ ਹੈ ਮੈਂ ਨਹੀਂ ਪੜ੍ਹਦੀ ਤਾਂ ਬੀਬੀ ਵਤਨ ਤੋਂ ਤੁਰੀਏ ਤੇ ਤੁਰੀ ਕਿਉਂ ਹੈ ਮਕਸਦ ਕਿਆ ਹੈ ਰਜ਼ਾ ਬਚਾਉਣ ਵਾਸਤੇ ਤੁਰੀਏ ਜ਼ੈਨਬ ਸ਼ਾਮ ਇਸਲਾਮ ਨਹੀਂ ਹੁਸੈਨ ਬਚਾਉਣ ਵਾਸਤੇ ਤੁਰੀਏ ਯਾ ਸੈਯਦਾ 1600 ਮੀਲ ਦਾ ਪੰਧ ਕਰਕੇ 27 ਅਫਰਾਦ ਦਾ ਕਾਫਲਾ ਬੀਬੀ ਦੇ ਨਾਲ ਤਾਰੀਖ ਕਿਉਂਕਿ ਮੁਖਤਲਿਫ ਵਾਕਿਆਤ ਨੇ ਮੈਂ ਨਹੀਂ ਆਦਾ ਜਿਹੜਾ ਮੈਂ ਪੜ੍ਹਦਾ ਪਿਆ ਇਹ ਠੀਕ ਹੈ ਮੇਰਾ ਹੋਰ ਜ਼ਾਕਿਰ ਤੇ ਆਲਮ ਪੜ੍ਹਦਾ ਉਹ ਗਲਤ ਹੈ ਮੈਂ ਕਿਸੇ ਨੂੰ ਗਲਤ ਨਹੀਂ ਕਰਦਾ ਤਾਰੀਖ ਦਾ ਆਪਣਾ ਰੁੱਖ ਹੈ ਬਸ ਇਹੋ ਕੁਝ ਆਦੀ ਹੈ ਆਲਮ ਮੁਹੰਮਦ ਤੇ ਜ਼ੁਲਮ ਪੜਾ ਹੋਇਆ ਆਲਮ ਮੁਹੰਮਦ ਤੇ ਜ਼ੁਲਮ ਜਿੰਨਾ ਪੜ ਸਕਦੇ ਹਨ ਮੁਸਲਮਾਨਾ ਕੀਤਾ ਹੈ ਮੁਸਲਮਾਨ ਥੱਕੇ ਨਹੀਂ ਆਲਮ ਮੁਹੰਮਦ ਅੱਜ ਵੀ ਹਾਜ਼ਰ ਹੈ ਮਿੰਬਰ ਦੀ ਕਸਮ ਹੈ ਸਾਵਾ ਦੀਆਂ ਪਹਾੜੀਆਂ ਬਸ ਭਾਈ ਜਮਸ਼ੇਦ ਯੂਨੀਵਰਸਿਟੀ ਸਾਹਿਬ ਸਾਵਾ ਦੇ ਮਕਾਮ ਤੇ ਇੱਥੇ ਬੀਬੀ ਦੇ ਨਾਲ ਜੋ ਵੱਧ ਹੋਏ ਨਾ ਬਸ ਇਹੋ ਪੁਜਾ ਦਾ 4 ਫਿਰਾ ਮਾਰੇ ਗਏ ਪਣੇ ਜੋ ਮਾਰੇ ਗਏ ਪਤਰੀ ਜੋ ਮਾਰੇ ਗਏ ਇੱਕ ਬਚ ਗਈ ਹੈ ਸਭ ਦੀ ਰਜ਼ਾ ਦੀ ਭੈਣ ਇੱਕ ਬਚ ਗਈ ਹੈ ਤਈ ਇਹ ਤਈ ਦਾ ਜ਼ਿਕਰ ਕਰ ਜਾਂਦਾ ਤੇ ਬਹੁਤ ਕਰਾਂ ਚਾ ਥੋੜਾ ਜਿਹਾ ਜਨਾਬੇ ਤਾਉ ਜਨਾਬੇ ਫਿਜ਼ਾ ਦਾ ਵੱਡਾ ਪੁੱਤਰ ਹੈ ਬੀਬੀ ਫਿਜ਼ਾ ਸਲਾਮ ਅੱਲਾਹ ਅਲੈਹਾ ਮਲਕਾ ਜ਼ੰਜਬਾਰ ਜਿਹਦੇ 4 ਪੁੱਤਰ ਵੱਡੇ ਪੁੱਤਰ ਦਾ ਨਾਮ ਦਾਊਦ ਹੈ ਚਾਚਾ ਤੇ ਦਾਊਦ ਜੁੱਤ ਫਿਸਕੀ ਚੂ ਆਲੇ ਮੁਹੰਮਦ ਦੇ ਘਰਾਨੇ ਇਹਨਾਂ ਨੇ ਆਪਣੀ ਹਿੱਕ ਕਿਤਾਈ ਹਰ ਇਮਾਮ ਦੇ ਦੌਰ ਵਿੱਚ ਦਿੰਦੇ ਰਹੇ ਇਮਾਮ ਦੀ ਵਫਾ ਪਸੰਦ ਹੈ ਇਮਾਮ ਕੋਈ ਨਾ ਤੋਂ ਵਫਾ ਪਸੰਦ ਹੈ ਇਹਨਾਂ ਕੋ ਸਹਿਬਾਂ ਦੀ ਅਦਾ ਪਸੰਦ ਹੈ ਅੱਜ ਵੀ ਇਮਾਮ ਜ਼ਮਾਨਾ ਕੋ ਇਸੇ ਜਨਾਬੇ ਦਾਊਦ ਦੀ ਨਸਲ ਵਿੱਚ ਇੱਕ ਦਾਇਆ ਇਮਾਮ ਦੀ ਖਿਦਮਤ ਵਿੱਚ ਜਿਹੜਾ ਇਮਾਮ ਦਾ ਜ਼ਹੂਰ ਦੀ ਸੀ ਤਾਂ ਦਾਇਆ ਨਾਲ ਆ ਇਹ ਹੈ ਇਹਨਾਂ ਦੀ ਸਰਦਾਰੀਆਂ ਇਹ ਕੁਝ ਮੰਗੇ ਆਲ ਮੁਹੰਮਦ ਦੇ ਘਰਾਨੇ ਤੋਂ ਲੋਕਾਂ ਨੂੰ ਕਿ ਅੱਜ ਫਿਜ਼ਾ ਦਾ ਨਾਮ ਇਸੇ ਮਕਾਮ ਤੇ ਮੈਂ ਖੜਾ ਚਾਹੀਦਾ ਮਿੰਬਰ ਦੀ ਕਸਮ ਹੈ ਇੱਕ ਤਾਈ ਬਚ ਗਈ ਹੈ ਇੱਕ ਸਖਮੀ ਰਜ਼ਾ ਦੀ ਭੈਣ ਬਚ ਗਈ ਹੈ ਮੱਥਾ ਜ਼ਖਮੀ ਹੈ ਪੈਰ ਜ਼ਖਮੀ ਨਾਕਾ ਮਰ ਗਈ ਹੈ ਬਿਰਾ ਮਾਰੇ ਗਏ ਪਤਰੀਜੇ ਮਾਰੇ ਗਏ ਬਣੇਜੇ ਮਾਰੇ ਗਏ ਤਈ ਕੋ
ਵਾਦੀ ਦਾਈ ਹੁਣ ਮੈਨੂੰ ਇਹ ਲੱਗਦਾ ਹੈ ਮੈਂ ਕੋ ਰਜ਼ਾ ਨਹੀਂ ਹੁੰਦਾ ਸ਼ਾਇਦ ਤੂੰ ਧੱਕਾ ਬੈਠੇ ਮੈਂ ਤਾਂ ਮਸਾਇਲ ਤੇ ਲਫ਼ਜ਼ ਕਿਹੜਾ ਪੜਦਾ ਮੈਂ ਤਾਂ ਇੰਤਜ਼ਾਰ ਕਿਸੇ ਨੂੰ ਨਹੀਂ ਕਰਾਇਆ ਸ਼ਾਇਦ ਮੈਂ ਤੂੰ ਰਜ਼ਾ ਢੱਲ ਲੈ ਲੱਗਣਾ ਕਿ ਸਾਹਮਣੇ ਕੋ ਰਸਤਾ ਤੋਂ ਰਹਿਣਾ ਉਸੇ ਰਸਤੇ ਤੇ ਬਣ ਪਏ ਅਕਰ ਕੋ ਰਾਹਗੀਰ ਗੁਜ਼ਰੇ ਪਹਿਲੇ ਪੁੱਛਣ ਉਹਦੇ ਕੋਲ ਜ਼ਾਤ ਦਾ ਤਾਰਫ ਤੇ ਡਰੀ ਹੋਈ ਬੀਤਾ समझ गए गैरत मन करके आते पर्दादार जंगल का माहौल है केड़ी चीज की जरूरत है क्या सज्जदा तक केड़ी चीज की जरूरत है बेबी आदि अल्लाह दे ना तेरा सा परेशान चोखा बंद तैयारी करे सो बस ऐसे बेबी आदि अल्लाह तेरा सा या सैयदा या मेरे मतलब